ਫਰੀਦাবাদ ਪੁਲਿਸ ਨੇ 400 ਭਾਰਤ ਅਤੇ ਕੁਮੰਤਰੀ ਟੀਵੀ ਚੈਨਲਾਂ ਦੇ ਸਿਗਨਲ ਦੀ ਪਾਇਰੇਸੀ ਕਰਨ ਅਤੇ ਉਹਨਾਂ ਨੂੰ ਨਜਾਇਜ਼ ਰੇਕੇ ਨਾਲ ਪ੍ਰਸਾਰ ਕਰਨ ਵਾਲੇ ਇੱਕ ਵੱਡੇ ਕੁਮੰਤਰੀ ਰੈਕਟ ਦਾ ਪਰਦਾਫਾਸ਼ ਕਰ ਦਿੱਤਾ ਹੈ ਪੁਲਿਸ ਨੇ ਫਰੀਦাবাদ ਵਿੱਚ ਦੋ ਥਾਵਾਂ ਤੇ ਛਾਪੇ ਮਾਰਿਆ 6 ਨੂੰ ਕਾਬੂ ਕੀਤਾ ਇਹ ਛਾਪੇਮਾਰੀ ਰਿਸਲੇ ਇੰਡੀਆ ਮੈਨੂਫੈਕਚਰਿੰਗ ਯੂਨਿਟ ਅਤੇ ਰਿਸਲੇ ਇੰਡੀਆ ਸੇਲਜ਼ ਦੇ ਟਿਕਾਣਿਆਂ ਤੇ ਕੀਤੀ ਗਈ ਜਿੱਥੋਂ ਨਿੱਜੀ ਟੀਵੀ ਚੈਨਲਾਂ ਦੇ ਸਿਗਨਲ ਨਜਾਇਜ਼ ਤਰੀਕੇ ਨਾਲ ਪ੍ਰਸਾਰਿਤ ਕੀਤੇ ਜਾ ਰਹੇ ਸੀ ਸਟ੍ਰੀਮਿੰਗ ਕਰਨ ਵਾਲੇ ਸੈਟ-ਟੌਪ ਬਾਕਸ ਅਤੇ ਕਈ ਤਰ੍ਹਾਂ ਦੇ ਸੰਚਾਰ ਸਿਸਟਮ ਨੂੰ ਬਰਾਮਦ ਕੀਤਾ ਗਿਆ ਹੈ ਸੀਜ਼ ਕਰ ਦਿੱਤਾ ਗਿਆ ਐਫਆਈਆਰ ਦੇ ਮੁਤਾਬਕ ਫਰੀਦাবাদ ਵਿੱਚ ਫੇਸ ਮਾਸਕ ਅਤੇ ਪੀਪੀਈ ਕਿਟਸ ਬਣਾਉਣ ਵਾਲੀ ਫੈਕਟਰੀ ਦੀヤर्ड ਦੇ ਵਿੱਚ ਟੀਵੀ ਚੈਨਲਾਂ ਦੀ ਚੋਰੀ ਅਤੇ ਪਾਇਰੇਸੀ ਦਾ ਇੱਕ ਕਮਾਂਤਰੀ ਰੈਕਟ ਚਲਾਇਆ ਜਾ ਰਿਹਾ ਸੀ ਇਲਜ਼ਾਮ ਮੇਥੂਤਾ ਕਹਿ ਕਿ ਫਰੀਦাবাদ ਤੋਂ बॉस आईपीटीवी सर्विसेज ਦੇ ਨਾਂ ਤੋਂ ਪੂਰੀ ਦੁਨੀਆ ਵਿੱਚ ਪ੍ਰਾਈਵੇਟ ਸਿਗਨਲ ਨੂੰ ਇਹਨਾਂ ਪਾਇਰੇਟਡ ਸਿਗਨਲਾਂ ਦਾ ਪ੍ਰਸਾਰ ਕੀਤਾ ਜਾ ਰਿਹਾ ਸੀ ਚੋਰੀ ਕੀਤੇ ਹੋਏ ਅਣਅਧਿਕਾਰਿਤ ਸਿਗਨਲ ਨੂੰ ਰੀ ਬ੍ਰੋਡਕਾਸਟ ਕੀਤਾ ਜਾ ਰਿਹਾ ਸੀ ਜਿਸ ਤੋਂ OTT ਕੰਟੈਂਟ ਪ੍ਰੋਵਾਈਡਰ ਨੂੰ ਕਰੇਪ 1500 ਕਰੋੜ ਦਾ ਚੂਨਾ ਲੱਗਣ ਦਾ ਖਤਰਾ ਹੈ ਟੀਵੀ ਚੈਨਲਾਂ ਦੇ ਸਿਗਨਲ ਦੀ ਪਾਇਰੇਸੀ ਦੇ ਮਲਜ਼ਮਾਂ ਖਿਲਾਫ ਤੋਖਾ ਤੜੇ ਕਾਪੀਰਾਈਟ ਐਕਟ ਅਧੀਨ ਪਰਚਾ ਵੀ ਦਰਜ ਹੋ ਚੁੱਕਿਆ ਹੈ ਹਾਲਾਂਕਿ ਮੁੱਖ ਮੁਲਜ਼ਮ ਹਰਪ੍ਰੀਤ ਰੰਦਾਵਾ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਕੁਮਾਂਤਰੀ ਰੈਕਿਟ ਦੇ ਖਿਲਾਫ ਦੱਖਣ ਏਸ਼ੀਆ ਦੇ OTT ਕੰਟੈਂਟ ਪ੍ਰੋਵਾਈਡਰ ਯੱਪ ਟੀਵੀ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਫਰੀਦাবাদ ਦੇ ਵਿੱਚ ਵੱਡੇ ਪੱਧਰ ਤੇ ਰੇਡ ਕੀਤਾ ਗਿਆ ਉਹਨਾਂ ਨੈਟਵਰਕ ਆਲ ਬ੍ਰॉडਕਾਸਟ ਇੰਡਸਟਰੀ ਸਾਊਥ ਏਸ਼ੀਆਨ ਮੇਂ ਇੰਡੀਆ ਮੇਂ ਔਰ ਉਹ ਲੋਗ बाहर का यूएस और कनाडा का चैनल्स भी पायरेट कर रहा है तो हमारा टेक्नोलॉजी टीम बहुत स्ट्रांग है तो हम लोग रिसर्च कर करके पता कर लिया कहाँ पे हो रहा है हमने इमीडिएटली एफ आई आर कंप्लेन किया है वो लोग क्या करते हैं यहाँ से चोरी करके कहीं पे भी भारत देश या वो जो एयरटेल का डी या केबल का कोई फीड उठा लेता है या टाटा स्काई का फीड उठा के वो एनकोड करके इंटरनेट के ऊपर से अपलिंक कर लेता है यप टीवी को मालूम हुआ कि कुछ लोग हैं जो पायरेसी में इन्वाल्व हैं एक कंपनी है रिजले कॉटोर प्राइवेट लिमिटेड जो एक्चुअली दिखाया ऐसा क्या कि वो मास्क और पी किट्स का काम करते हैं बट दे आर रनिंग अ कॉल सेंटर ऑल्सो छः लोग जो हैं वो अरेस्ट हुए इसके अंदर यहाँ पे बहुत सारे लैपटॉप्स बरामद हुए जिनको पुलिस ने अपनी कस्टडी में ले लिया है मामले में अभी और भी डिटेल्स आने बाकी हैं बिकॉज़ इसमें इनका एग्जैक्ट मोडस ऑपरेंडी क्या है वो अभी पुलिस जांच कर रही है